ਅੰਮ੍ਰਿਤਸਰ ਵਿਖੇ ਮਾਨਯੋਗ ਪੁਲਿਸ ਕਮਿਸ਼ਨਰ ਸੁਖਚੈਰ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਰੋਕਣ ਦੇ ਲਈ ਚਲਾਈ ਗਈ ਮੁਹਿੰਮ ਦੇ ਤਹਿਤ ਥਾਣਾ ਰਾਮਬਾਗ ਦੀ ਪੁਲਿਸ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਪੁਲਿਸ ਦੇ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ ਵਿਅਕਤੀ ਨੂੰ ਕਾਬੂ ਕੀਤਾ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇੱਕ ਮਹਿਲਾ ਜੋ ਕਿ ਪੱਟੀ ਦੀ ਰਹਿਣ ਵਾਲੀ ਅੰਮ੍ਰਿਤਸਰ ਸ਼ਾਪਿੰਗ ਕਰਨ ਲਈ ਆਈ ਸੀ ਉਹ ਬੱਸ ਸਟੈਂਡ ਤੋਂ ਰਿਕਸ਼ੇ 'ਤੇ ਜਾ ਰਹੀ ਸੀ। ਇਹ ਨੌਜਵਾਨ ਉਸ ਦੇ ਕੋਲੋਂ ਮੋਬਾਈਲ ਫੋਨ ਖੋਹ ਕੇ ਲੈ ਗਿਆ ਸੀ ਜਿਸ ਦੀ ਉਸ ਮਹਿਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ। ਸਾਡੀ ਪੁਲਿਸ ਪਾਰਟੀ ਦੇ ਵੱਲੋਂ ਕਾਰਵਾਈ ਕਰਦੇ ਹੋਏ ਮੁੱਖ ਪੁਲਿਸ ਸੂਚਨਾ ਦੇ ਆਧਾਰ 'ਤੇ ਇਸ ਵਿਅਕਤੀ ਨੂੰ ਕਾਬੂ ਕੀਤਾ ਗਿਆ ਅਤੇ ਉਸ ਕੋਲੋਂ ਪੁੱਛਗਿੱਛ ਕੀਤੀ ਗਈ ਅਤੇ ਉਸ ਕੋਲੋਂ ਖੋਇਆ ਗਿਆ ਫੋਨ ਵੀ ਬਰਾਮਦ ਕੀਤਾ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਖੀ ਨਾਲ ਪੁੱਛਗਿੱਛ ਦੇ ਦੌਰਾਨ ਇਹਨਾਂ ਨੇ ਦੱਸਿਆ ਕਿ ਇਹਨਾਂ ਨੇ ਹੋਰ ਵੀ ਕਈ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ। ਇਸ ਖਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਨੂੰ ਅਦਾਲਤ ਵਿੱਚ ਪੇਸ਼ ਕਰਕੇ 3 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ। ਇਸ ਕੋਲੋਂ ਹੋਰ ਵੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ। ਮਿਤੀ 4/21 ਨੂੰ ਸਵੇਰ ਦੇ ਟਾਈਮ ਰੁਪਿੰਦਰ ਨਾਂ ਦੀ ਲੜਕੀ ਜਿਹੜੀ ਕਿ ਪੱਟੀ ਸਾਈਡ ਦੀ ਰਹਿਣ ਵਾਲੀ ਸੀ ਕਟੜਾ ਜੈਮਲ ਸਿੰਘ ਤੋਂ ਕੋਈ ਖਰੀਦਦਾਰੀ ਕਰਕੇ ਰਿਕਸ਼ੇ 'ਤੇ ਆ ਰਹੀ ਸੀ। ਜਦੋਂ ਮਾਨ ਸਿੰਘ ਚੌਂਕ ਦੇ ਵਿੱਚ ਪਹੁੰਚੀ ਹੈ ਤਾਂ ਉੱਥੋਂ ਇੱਕ ਵਿਅਕਤੀ ਜਿਹੜਾ ਹੈ ਉਹਦਾ ਮੋਬਾਈਲ ਖੋਹ ਕੇ ਉਹਦਾ ਆਈਫੋਨ ਖੋਹ ਕੇ ਭੱਜ ਗਿਆ ਅਤੇ ਇਸੇ ਦੌਰਾਨ ਹੀ ਸਾਡੇ ASI ਕਪਲ ਦੇਵ ਨੇ ਉਹਨਾਂ ਨੇ ਚੌਂਕੀ ਇੰਚਾਰਜ ਬੱਸ ਸਟੈਂਡ ਤੁਰੰਤ ਕਾਰਵਾਈ ਕਰਦੇ ਹੋਏ ਉਹਨਾਂ ਨੇ ਇਹਦਾ ਕੇਸ ਰਜਿਸਟਰ ਕੀਤਾ ਅਤੇ ਇਹਦਾ ਜਿਹੜਾ ਦੋਸ਼ੀ ਹੈ ਉਹਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀ ਸਰਵਨ ਸਿੰਘ ਛੱਬਾ ਇਹ ਚਿੱਟਾ ਗੁੰਮਟ ਰਾਮਬਾਗ ਦਾ ਰਹਿਣ ਵਾਲਾ ਹੈ। ਇਹਨੂੰ ਗ੍ਰਿਫਤਾਰ ਕੀਤਾ ਹੈ ਅਤੇ ਇਹਦੇ ਕੋਲੋਂ ਖੋਹ ਕੀਤਾ ਹੋਇਆ ਜਿਹੜਾ ਆਈਫੋਨ ਹੈ ਉਹ ਬਰਾਮਦ ਕੀਤਾ। ਹਾਂ ਇੱਕ ਹੋਰ ਵੀ ਉਹਨੇ ਚੋਰੀ ਦੱਸ ਰਿਹਾ ਹੈ ਉਹ ਸਾਡੇ ਇਲਾਕੇ ਦੀ ਉਹ ਵੀ ਇਹੀ ਨੂੰ ਡੂੰਘਾਈ 'ਚ ਪੁੱਛਗਿੱਛ ਕਰ ਰਹੇ ਹਾਂ। ਅਸੀਂ 3 ਦਿਨ ਦਾ ਰਿਮਾਂਡ ਇਹ ਜੱਜ ਸਾਹਿਬ ਦੇ ਪੇਸ਼ ਕਰਕੇ ਇਹ ਮਾਨਯੋਗ ਅਦਾਲਤ ਤੋਂ 3 ਦਿਨ ਦਾ ਇਹਦਾ ਰਿਮਾਂਡ ਲਿਆ ਇਹਦੇ ਕੋਲ ਹੋਰ ਵੀ ਜਿਹੜੀਆਂ ਨੇ ਚੋਰੀਆਂ ਬਰਾਮਦ ਹੋਣ ਦੀ ਆਸ ਹੈ। ਨਸ਼ਾ ਕਰਨ ਲੱਗਦੇ ਇਹ ਨਸ਼ੇ ਵੀ ਕਰਦਾ ਹੈ ਜੀ ਇਹ ਨਸ਼ੇ ਵੀ ਕਰਦਾ ਹੈ। ਹੁਣ ਬਸ ਇਹ ਕੋਈ ਰਿਮਾਂਡ ਤਾਂ ਸਾਡੇ ਕੋਲ ਬੰਦ ਹੈ ਅਤੇ ਅਸੀਂ ਇਹਨੂੰ ਅਗਲੀ ਪੁੱਛਗਿੱਛ ਕਰ ਰਹੇ ਹਾਂ। ਆਵਾਜ਼ੀ ਕੌਮ ਟੀਵੀ ਲਈ ਅੰਮ੍ਰਿਤਸਰ ਤੋਂ ਪੱਤਰਕਾਰ ਹਿਮਾਂਸ਼ੂ ਸ਼ਰਮਾ ਦੀ ਰਿਪੋਰਟ।